ਲਾਂਬਾ ਸਾਹਿਬ, ਪਹਿਲਾਂ ਇੱਕ ਹੋਰ ਹੁਕਮਨਾਮਾ ਵੀ ਜਾਰੀ ਹੋਇਆ ਵੀ ਤੁਸੀਂ ਦਸਮ ਗ੍ਰੰਥ ਦੀ ਨਿੰਦਾ ਕਰਕੇ ਕਿਤੇ ਵੀ ਡਿਸਕਸ਼ਨ ਕਰਨਾ ਅਲਾਊਡ ਨਹੀਂ ਹੈ। ਉਹ ਆਪਦੇ ਸਾਹਮਣੇ ਪਿਆ, ਉਹਦੇ 'ਚ ਬਿਲਕੁਲ ਸਾਫ਼ ਲਿਖਿਆ ਕਿ ਦਸਮ ਗ੍ਰੰਥ ਦੇ ਖਿਲਾਫ਼ ਬੋਲਣ ਵਾਲੇ ਲੋਕ ਸ਼ਰਾਰਤੀ ਅਨਸਰ ਹਨ, ਔਰ ਇਹ ਜਿਹੜਾ ਹੈ ਔਰ ਨਾਲ ਆਦੇਸ਼ ਦਿੱਤਾ ਗਿਆ ਕਿ ਦਸਮ ਗ੍ਰੰਥ ਦੇ ਖਿਲਾਫ਼ ਜਿਹੜਾ ਪ੍ਰਚਾਰ ਕਰ ਰਹੇ ਹਨ, ਗੁਰਮਤ ਨੂੰ ਸਮਰਪਿਤ ਵਿਦਵਾਨਾਂ ਦਾ ਇਹ ਫਰਜ਼ ਹੈ ਕਿ ਉਹਨਾਂ ਦਾ ਮੂੰਹ ਤੋੜਵਾ ਜਵਾਬ ਦੇਣ। ਇਹ ਹੁਕਮਨਾਮਾ ਸੀ, ਔਰ ਇਸ ਪਿਛੋਕੜ ਦੇ ਵਿੱਚ ਇਹ ਜਿਹੜੀ ਮੰਦਭਾਗੀ ਇਹ ਜਿਹੜਾ ਬਿਆਨ ਹੈ, ਸੋ ਅਸੀਂ ਇੱਕ ਮੰਗ ਕਰਾਂਗੇ ਕਿ ਦਰਸ਼ਨ ਸਿੰਘ ਇਹ ਦੱਸਣ ਕਿ ਇਹ ਕਿਹੜੀ ਜਗ੍ਹਾ ਲਿਖਿਆ ਹੈ ਜਿਹੜੇ ਉਹ ਦੋ ਲਫ਼ਜ਼ ਉਹਨਾਂ ਨੇ ਦੁਹਰਾਏ ਹਨ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਨੇ ਸੋਚਿਆ ਕਿ ਇਸ ਵੇਸ਼ਿਆ ਦੇ ਨਾਲ ਸੰਬੰਧ ਸਥਾਪਿਤ ਕਰਕੇ ਪੜੂਆ ਪੈਦਾ ਹੋਏਗਾ, ਅਤੇ ਦੂਸਰੀ ਲਫ਼ਜ਼ ਗੁਰੂ ਗੋਬਿੰਦ ਸਿੰਘ ਕਿਸੇ ਵੇਸ਼ਿਆ ਦੇ ਕੋਲ ਗਏ, ਇਹ ਸਾਨੂੰ ਅਸੀਂ ਚਾਹਵਾਂਗੇ ਉਹ ਦੱਸਣ ਕਿ ਕਿੱਥੇ ਦੋ ਲਫ਼ਜ਼ ਹਨ। ਅਸੀਂ ਮੁੜ ਚਾਹਵਾਂਗੇ ਆਪਣੇ ਦਰਸ਼ਕਾਂ ਦੀ ਗਿਆਤ ਲਈ ਉਹ ਦੁਬਾਰਾ ਉਹ ਕਲਿਪਿੰਗ ਜਿਹੜੀ ਹੈ ਉਹ ਅਸੀਂ ਆਪ ਨੂੰ ਸੁਣਾਉਣੀ ਚਾਹਵਾਂਗੇ ਤਾਂ ਕਿ ਆਪ ਦੀ ਯਾਦਾਸ਼ਤ ਹੋਏ। ਇਸ ਦੇ ਬਾਅਦ ਅਸੀਂ ਆਪ ਦੀਆਂ ਕਾਲਸ ਜਿਹੜੀਆਂ ਲੈਣੀਆਂ ਚਾਹਵਾਂਗੇ। ਉਹ ਆਪਣਾ ਆਪ ਪੇਸ਼ ਕਰਦੀ ਹੈ। ਉਹ ਕਹਿੰਦੀ ਹੈ ਵੀ ਜੇ ਤੂੰ ਮੇਰੀ ਗੱਲ ਮੰਨ ਕੇ ਮੇਰੇ ਨਾਲ ਸਰੀਰਕ ਸੰਬੰਧ ਨਹੀਂ ਜੋੜਦਾ ਤੇ ਮੈਂ ਚੋਰ ਚੋਰ ਆਖ ਕੇ ਤੇਰੀ ਕਰ ਲੈਂਦੀ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੋਚੀ ਪੈ ਜਾਂਦੇ ਨੇ ਜੇ ਮੈਂ ਉਹਦੇ ਨਾਲ ਸਰੀਰਕ ਸੰਬੰਧ ਜੋੜਨਾ ਤੇ ਇਹਦੇ ਤੋਂ ਜਿਹੜਾ ਪੈਦਾ ਹੋਵੇਗਾ ਉਹ ਭਟਵਾ ਖਵਾਏਗਾ, 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 ਇਹਦੇ ਤੋਂ ਜਿਹੜਾ ਪੈਦਾ ਹੋਵੇਗਾ ਉਹ ਭਟਵਾ ਖਵਾਏਗਾ। ਜੇ ਨਹੀਂ ਜੋੜਦਾ ਤੇ ਮੇਰੇ ਨਾਲ ਚੋਰ ਚੋਰ ਆ ਚੁੱਕ ਜਦੋਂ ਨਹੀਂ ਮੰਨਦੇ ਤੇ ਉਦੋਂ ਚੋਰ ਚੋਰ ਦਾ ਰੌਲਾ ਪਾਉਂਦੀ। ਜਦੋਂ ਉਹ ਚੋਰ ਚੋਰ ਦਾ ਰੌਲਾ ਪਾਉਂਦੀ ਗੁਰੂ ਗੋਬਿੰਦ ਸਿੰਘ ਸਾਹਿਬ ਇੰਨੇ ਘਬਰਾ ਜਾਂਦੇ ਨੇ ਕਿ ਆਪਣਾ ਚੋਲਾ ਤੇ ਜੁੱਤੀ ਉੱਥੇ ਛੱਡ ਕੇ ਨੰਗੇ ਪੈਰ ਦੌੜ ਪੈਂਦੇ ਚੋਰ ਚੋਰ ਦੀ ਆਵਾਜ਼ ਸੁਣ ਕੇ ਕੁਛ ਲੋਕ ਤੇ ਉਹਦਾ ਭਰਾ ਵੀ ਇਕੱਠੇ ਹੁੰਦੇ ਨੇ, ਫੜਨ ਦੇ ਪਿੱਛੇ ਦੌੜਦੇ ਨੇ, ਅੱਗੇ ਜਾ ਕੇ ਨਬਰ ਲਿਖੇ ਕੋਈ ਆ ਕੇ ਪੱਗ ਲਾ ਦਿੰਦਾ ਕੋਈ ਦਾਣਾ ਫੜ ਲੈਂਦਾ। ਸੋ ਜਿਸ ਤਰ੍ਹਾਂ ਆਪਨੇ ਵੇਖਿਆ ਕਿ ਇਹ ਜਿਹੜੀ ਗੁਰੂ ਨਿੰਦਾ ਦੀ ਇੰਤਹਾ, ਇਸ ਤੋਂ ਪਹਿਲਾਂ ਇਹ ਸੁਣੀ ਸੀ ਕਿ ਕੁਛ ਗੁਰੂ ਨਿੰਦਕ ਪਰ ਉਹ ਸਿੱਖੀ ਸਰੂਪ ਵਿੱਚ ਨਹੀਂ ਸਨ, ਪਰ ਇਹ ਤਾਂ ਅਨਬਿਲੀਵੇਬਲ ਹੈਰਾਨੀਜਨਕ ਹੈ ਕਿ ਇਸ ਤਰ੍ਹਾਂ ਗੁਰੂ ਸਾਹਿਬ ਦੀ ਜ਼ਾਤ ਦੇ ਉੱਤੇ ਜਿਸ ਦਰ ਤੋਂ ਅਸੀਂ ਸਾਰਾ ਕੁਛ ਮੰਗਦੇ ਹਾਂ, ਉਹਨਾਂ ਦੀ ਬਾਣੀ ਔਰ ਬਾਣੇ ਔਰ ਉਹਨਾਂ ਦੀ ਸ਼ਖਸੀਅਤ ਦੇ ਉੱਤੇ ਅਗਰ ਇਸ ਤਰ੍ਹਾਂ ਦੀ ਕੋਈ ਗੱਲ ਹੈ ਤਾਂ ਇਹ ਬਹੁਤ ਹੀ ਅਫਸੋਸਨਾਕ ਔਰ ਬੰਦਭਾਗੀ ਗੱਲ ਕਹੀ ਜਾ ਸਕਦੀ ਹੈ। ਅਸੀਂ ਆਪ ਦੀਆਂ ਕੁਛ ਕਾਲਸ ਲਵਾਂਗੇ। ਜੀ ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਲਾਂਬਾ ਸਾਹਿਬ ਤੇ ਭੰਮਰਾ ਜੀ, ਮੈਂ ਤਰਲੋਕ ਸਿੰਘ ਸਾਂਸਰਾ ਬੋਲ ਰਿਹਾ ਜੀ। ਸਾਂਸਰਾ ਸਾਹਿਬ, ਅੱਜ ਮੇਰਾ ਖਿਆਲ ਹੈ ਮੇਰੀ ਵੱਡੀ ਕਿਸਮਤ ਹੈ ਕਿ ਤੁਹਾਡੇ ਨਾਲ ਲਾਈਨ ਪਹਿਲੀ ਵਾਰੀ ਮਿਲ ਗਈ ਹੈ। ਵਧਾਈ ਵਧਾਈ ਜੀ। ਤੇ ਮੈਂ ਦੋ ਚਾਰ ਗੱਲਾਂ ਕਰ ਲਾਂ ਫਿਰ ਤੁਸੀਂ ਮੇਰੀ ਲਾਈਨ ਕੱਟਣਾ, ਪਰ ਜ਼ਰਾ ਥੋੜ੍ਹੇ ਸਮੇਂ 'ਚ, ਕਿਉਂਕਿ ਅਸੀਂ ਹੋਰ ਵੀ ਕੁਛ ਲੈ ਲਈਏ। ਜੇ ਇੱਕ ਅੱਧੇ ਮਿੰਟ 'ਚ ਅਗਰ ਤੁਸੀਂ ਆਪਣਾ ਮੈਸੇਜ ਦੇ ਦਿਓ ਤਾਂ ਬਹੁਤ ਬਹੁਤ ਧੰਨਵਾਦੀ ਹੋਵਾਂਗੇ। ਮੈਨੂੰ ਪਤਾ ਮੈਂ ਪਹਿਲਾਂ ਹੀ ਸ਼ੋਰਟ ਰੱਖਦਾ। ਹਾਂਜੀ, ਹੁਕਮ ਅੱਜ ਤੇ ਤੁਸੀਂ ਚਾਰ ਮੁੱਦੇ ਲੈ ਕੇ ਆਏ ਹੋ
ਤੇ ਮੈਨੂੰ ਡੇਢ ਮਿੰਟ ਦੇ ਦਿਓ ਜੀ। ਜੀ ਪਹਿਲਾਂ ਮੈਂ ਲਾਸਟ ਮੁੱਦਾ ਲੈਣਾ ਜੀ ਕਿ ਜਦੋਂ ਆਪਣਾ ਇਹ ਦਰਸ਼ਨ ਸਿੰਘ ਬੋਲੇ ਨੇ ਜੀ ਕਿ ਉੱਥੇ ਕੋਈ ਸਿੰਘ ਬੈਠਾ ਨਹੀਂ ਸੀ, ਸਾਰੇ ਭੇਡਾਂ ਬੈਠੀਆਂ ਸੀ। ਸੈਕਿੰਡ ਤੇ ਆਪਣਾ ਜਿਹੜੇ ਭਾਂਬਰਾ ਜੀ ਨੇ ਇਹਨਾਂ ਨੂੰ ਯਾਦ ਹੋਏਗਾ ਕਿ ਜਦੋਂ ਦਰਸ਼ਨ ਸਿੰਘ ਨੂੰ ਅਸੀਂ ਪਹਿਲਾਂ ਬੁਲਾਇਆ ਸੀ ਦੁਆਰੇ ਚ ਕਾਲੂ ਸਾਹਿਬ ਦੇ ਘਰ ਕੀ ਹੋਇਆ ਸੀ ਤੇ 51 ਦਾ 100 ਕੀਤਾ ਸੀਗਾ, ਇਹਨਾਂ ਨੂੰ ਸਾਰਾ ਯਾਦ ਹੋਏਗਾ। ਮੈਨੂੰ ਰਿਪੀਟ ਕਰਨ ਦੀ ਲੋੜ ਨਹੀਂ ਹੈ। ਐਨੀਵੇ ਮੇਰੀ ਸੁਜੈਸ਼ਨ ਇਹ ਆ ਕਿ ਇਸ ਬੰਦੇ ਦਾ ਬਾਈਕਾਟ ਕਰ ਦੇਣਾ ਚਾਹੀਦਾ, ਸੋਸਾਇਟੀ ਦੇ ਵਿੱਚੋਂ ਆਪਣੀ ਚੋਂ ਨਾ ਕੱਢ ਦਿਓ, ਇਹਨੂੰ ਕਿਤੇ ਕੀਰਤਨ ਤੇ ਨਹੀਂ ਬੁਲਾਓ। ਸੈਕਿੰਡ ਮੈਂ ਗੱਲ ਕਰਨ ਲੱਗਾ ਜਿਹੜਾ ਚਾਈਨਾ ਦੀ ਗੱਲ ਕਰ ਰਹੇ ਹਾਂ, ਨਹਿਰੂ ਨੇ ਚਾਈਨਾ ਦੇ ਨਾਲ ਹੱਥ ਮਿਲਾਇਆ ਸੀ ਤੇ ਹਿੰਦੂ ਸਿੱਖ ਬਾਈ ਬਾਈ ਕਹਿ ਕੇ ਉਹਨਾਂ ਨੇ ਆਪਣੇ ਆਪ ਨੂੰ ਕਿਹਾ ਸੀ ਵੀ ਅਸੀਂ ਭਾਈ ਭਾਈ ਹੈ ਤੇ 62 ਦੇ ਵਿੱਚ ਚਾਈਨਾ ਨੇ ਇੰਡੀਆ ਤੇ ਅਟੈਕ ਕੀਤਾ ਤੇ ਜਿਹੜੀ ਜ਼ਮੀਨ ਲੈ ਗਿਆ ਉਹ ਵਾਪਸ ਨਹੀਂ ਕੀਤੀ। ਹੁਣ ਵੀ ਅਸੀਂ ਅਗਰ ਉਹੀਓ ਸਾਧੂਪਣਾ ਕਰਾਂਗੇ ਕਿ ਅੱਖਾਂ ਮੀਟ ਕੇ ਬੈਠੇ ਹਾਂ ਤੇ ਜੋ ਹੋ ਰਿਹਾ ਅਸੀਂ ਬਾਹਰ ਰੌਲਾ ਪਾਈ ਜਾਵਾਂਗੇ ਤਾਂ ਕੁਛ ਨਹੀਂ ਹੋਣਾ। ਇਹ ਜ਼ਮਾਨਾ ਹੈ ਜਿਸ ਦੀ ਲਾਠੀ ਉਸ ਦੀ ਭੈਂਸ। ਅਗਰ ਅਸੀਂ ਕੁਛ ਕਰਨਾ ਹੈ, ਹਿੰਦੁਸਤਾਨ ਨੂੰ ਕੁਛ ਕਰਨਾ ਚਾਹੀਦਾ, ਪਹਿਲਾ ਕੰਮ ਤੇ ਕਰਨ ਚਾਈਨਾ ਦਾ ਇੰਪੋਰਟ ਬੰਦ ਕਰ ਦੇਣ ਤਾਂ ਕਿ ਆਪਣੀ ਇੰਡਸਟਰੀ ਠੀਕ ਹੋ ਜਾਏ, ਚਾਈਨਾ ਦਾ ਮਾਮਲਾ ਖਤਮ ਹੋ ਜਾਏ। ਹਾਂਜੀ, ਉਸ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ। ਠੀਕ ਹੈ ਸੰਸਰਾ ਸਾਹਿਬ, ਮੈਂ ਤੁਹਾਡੀ ਗੱਲ ਸਮਝ ਗਿਆ ਜੋ ਕਹਿ ਰਹੇ ਹੋ। ਇਹ ਇਸ ਇਸ ਜੋ ਅਸੀਂ ਸਵਾਲ ਅੱਜ ਮੁੱਦੇ 'ਚ ਉਠਾਇਆ ਲਾਂਬਾ ਸਾਹਿਬ ਜੀ ਨੇ, ਇਸ ਦਾ ਫੈਸਲਾ ਪੰਥ ਕਰੇਗਾ, ਅਸੀਂ ਇਕੱਲੇ ਤੋਂ ਇਕੱਲੇ ਨਹੀਂ ਕਰ ਸਕਦੇ। ਲਾਂਬਾ ਸਾਹਿਬ ਜੀ ਦਾ ਜੋ ਉਹਨਾਂ ਨੇ ਫਰਜ਼ ਇੱਕ ਨਿਭਾਇਆ ਵੀ ਸਾਰੀ ਸੰਗਤ ਇਸ ਗੱਲ ਤੋਂ ਜਾਣੂ ਹੋ ਸਕੇ। ਅਸੀਂ ਤਾਂ ਇੰਨੇ ਉਪਾਸ਼ਕ ਸੀ ਉਹਨਾਂ ਦੇ, ਇੰਨੇ ਸਾਲ ਕੋਈ 25-30 ਸਾਲ ਉਹਨਾਂ ਦੇ ਕੀਰਤਨ ਸੁਣੇ ਔਰ ਬੜੀ ਸ਼ਰਧਾ ਸੀ, ਪਰ ਇਹ ਬੜੀਆਂ ਹੈਰਾਨ ਹੋਣ ਵਾਲੀਆਂ ਗੱਲਾਂ ਅਸੀਂ ਉਹਨਾਂ ਦੇ ਮੁਖੋਂ ਸੁਣ ਰਹੇ ਹਾਂ। ਅਤੇ ਉਮੀਦ ਹੈ ਕਿ ਦਰਸ਼ਕ ਇਸ ਗੱਲ 'ਤੇ ਵਿਚਾਰ ਕਰਨਗੇ। ਅਤੇ ਬਾਕੀ ਜਿਹੜਾ ਚਾਈਨਾ ਦੀ ਗੱਲ ਕਹੀ ਹੈ, ਉਹ ਇੰਡੀਆ ਟੋਟਲੀ ਕੰਸਰਨਡ ਹੈ, ਦੇ ਉਹ ਸਾਰਾ ਐਕਸ਼ਨ ਲੈ ਰਹੇ ਨੇ। ਜੋ ਚਾਈਨਾ ਨੇ ਪਹਿਲਾਂ ਅਟੈਕ ਕੀਤਾ ਸੀ ਉਹ ਸਮਾਂ ਨਹੀਂ ਰਿਹਾ, ਹੁਣ ਸਮਾਂ ਬਦਲ ਗਿਆ ਬਹੁਤ। ਆਪ ਜੀ ਦੇ ਕਾਲ ਦਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ। ਹੈਲੋ ਹੈਲੋ, ਹਾਂਜੀ ਤੁਸੀਂ ਲਾਈਨ 'ਤੇ ਹੋ। ਹੈਲੋ, ਦੂਸਰੀ ਲਾ ਲਓ, ਦੂਸਰੀ ਗੱਲ। ਸੋ ਦਰਸ਼ਕਾਂ ਨੂੰ ਵੀ ਬੇਨਤੀ ਹੈ ਕਿ ਜਦੋਂ ਵੀ ਤੁਸੀਂ ਕਾਲ ਕਰੋ ਆਪਣੇ ਟੀਵੀ ਦੀ ਆਵਾਜ਼ ਬਿਲਕੁਲ ਬੰਦ ਕਰ ਦਿਓ, ਮਿਊਟ ਕਰ ਦਿਓ ਤਾਂ ਕਿ ਤੁਹਾਡੀ ਆਵਾਜ਼ ਆ ਸਕੇ। ਹਾਂਜੀ ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੌਣ ਸਾਹਿਬ ਬੋਲੇ ਜੀ? ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਰਣਜੀਤ ਸਿੰਘ ਬੋਲ ਰਿਹਾ ਭਾਜੀ। ਵੀ ਦਰਸ਼ਕ ਸੋ ਨੇ ਜੋ ਵੀ ਗੱਲ ਕੀਤੀ ਹੈ ਬਹੁਤ ਜੀ ਗਲਤ ਗੱਲ ਕੀਤੀ ਹੈ। ਹਾਂਜੀ ਹਾਂਜੀ, ਤੇ ਤੁਸੀਂ ਕੁਛ ਕਹਿਣਾ ਚਾਹੋਗੇ? ਗਲਤ ਤੇ ਚਲੋ ਕਰਤੀ ਆ, ਹੁਣ ਕੀ ਸੁਝਾਅ ਹੈ ਤੁਹਾਡਾ? ਦੇਖੋ ਜੀ, ਜਿਸੇ ਦਸਵੇਂ ਪਾਤਸ਼ਾਹ ਨੂੰ ਇੱਥੋਂ ਤੱਕ ਸੁੱਟਤਾ, ਇਹ ਦਹੀ ਦੇ ਇਹੀ ਕਹੇ ਜੋਗੇ ਨਹੀਂ ਰਹਿ ਗਏ ਜੋ ਇਹਨਾਂ ਨੇ ਕਾਤਾ ਸਾਡੇ ਨਾਲ। ਹਾਂਜੀ, ਕਿੱਦਾਂ ਹੈਗਾ ਸੀ, ਚਲੋ ਪ੍ਰਧਾਨ ਸੀ ਉੱਥੋਂ ਦਾ ਗੁਰਦੁਆਰੇ ਦਾ, ਪਰ ਇਹਦੇ ਪ੍ਰਧਾਨਾਂ ਨੇ ਤੇ ਕਾਲੀਆਂ ਨੇ ਸਾਡਾ ਬੇੜਾ ਹੀ ਗਰਕ ਕਰਤਾ ਸਰਕਾਰ। ਲੰਬਾ ਸਾਹਿਬ ਦਿਓ ਜਵਾਬ। ਚਲੋ ਜੀ ਠੀਕ ਹੈ ਜੀ, ਤੁਹਾਡੇ ਬਹੁਤ ਬਹੁਤ ਧੰਨਵਾਦ। ਕੋਈ ਕਾਲੀ ਹੈ ਸਿੱਧਾ, ਇਹ ਵੀ ਕਾਲੀ ਹੈ, ਕਿਹੜਾ ਇੱਥੇ ਹੈ ਜਨਰਲ ਕਾਲੀ? ਚਲੋ ਅਸੀਂ ਤੁਹਾਡੇ ਵਿਚਾਰ ਜਿਹੜੇ ਹੈ ਆਪ ਤੱਕ ਆ ਗਏ, ਬਹੁਤ ਬਹੁਤ ਧੰਨਵਾਦ। ਇਹ ਗੱਲ ਨਹੀਂ ਕਿ ਗੱਲ ਕਰੋ ਸਹੀ। ਠੀਕ ਹੈ ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਅੱਛਾ ਹਾਂਜੀ, ਹੈਲੋ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਅਮਰਜੀਤ ਸਿੰਘ ਬੇਦੀ ਬੋਲ ਰਿਹਾ ਜੀ, ਐਟਲਾਂਟਾ ਜੋਰਜੀਆ ਤੋਂ। ਹਾਂਜੀ ਬੇਦੀ ਸਾਹਿਬ, ਕੀ ਹਾਲ ਹੈ ਜੀ? ਬਹੁਤ ਅੱਛਾ ਜੀ, ਬਹੁਤ ਅੱਛਾ।
ਅੱਛਾ ਮੁੱਦਾ ਤੁਸੀਂ ਅੱਜ ਉਠਾਇਆ ਮੇਰੇ ਦਿਨਾਂ ਦਿਲ ਵਿੱਚ ਕਈ ਦਿਨਾਂ ਤੋਂ ਇਹ ਗੱਲ ਸੀਗੀ ਜੀ ਪ੍ਰੋਫੈਸਰ ਦਰਸ਼ਨ ਸਿੰਘ ਸਿਰਫ ਸਿਰਫ ਪੈਸਿਆਂ ਦਾ ਹੀ ਪੁੱਤਰ ਹੈ ਜਿਹਨੂੰ ਕਿਸੇ ਕੋਈ ਸਿੱਖ ਇਜ਼ਮ ਦੇ ਨਾਲ ਕੋਈ ਟਾਈਮ ਸੀ ਸਾਡੇ ਦਿਲ ਵਾਸਤੇ ਬੜੀ ਰਿਸਪੈਕਟ ਸੀ ਮੈਂ ਇੱਕ ਵਾਰੀ ਉਹਨੂੰ ਦਿੱਲੀ ਏਅਰਪੋਰਟ ਤੇ ਮਿਲਿਆ ਔਰ ਮੈਨੂੰ ਇੰਨਾ ਫਖਰ ਹੋਇਆ ਮੈਨੂੰ ਫਤਿਹ ਗਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਇਹਨਾਂ ਨੇ ਮੇਰੀ ਫਤਿਹ ਦਾ ਜਵਾਬ ਨਹੀਂ ਦਿੱਤਾ ਔਰ ਮੂੰਹ ਮੋੜ ਲਿਆ ਹਾਂਜੀ ਥੋੜਾ ਉੱਚੀ ਬੋਲਣਾ ਜੀ ਭਾਈ ਸਾਹਿਬ ਹਾਂਜੀ ਥੋੜਾ ਉੱਚੀ ਬੋਲਣਾ ਨਹੀਂ ਮੈਂ ਇਹ ਕਹਿ ਰਿਹਾ ਕਿ ਇਹਨਾਂ ਨੂੰ ਇੱਕ ਵਾਰੀ ਮੈਂ ਦਿੱਲੀ ਏਅਰਪੋਰਟ ਦੇ ਉੱਤੇ ਮੈਂ ਨਿਊਯਾਰਕ ਤੋਂ ਗਿਆ ਸੀ ਇਹ ਮੈਨੂੰ ਦਰਸ਼ਨ ਸਿੰਘ ਜੀ ਉੱਥੇ ਮਿਲ ਗਏ ਤੇ ਮੈਂ ਬੜਾ ਫਖਰ ਮਹਿਸੂਸ ਕੀਤਾ ਵੀ ਪ੍ਰੋਫੈਸਰ ਸਾਹਿਬ ਆ ਗਏ ਮੈਂ ਇਹਨਾਂ ਨੂੰ ਖਾਲਸਾ ਸਮਝ ਕੇ ਫਤਿਹ ਗਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂਜੀ 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 ਇਹਨਾਂ ਨੇ ਮੈਨੂੰ ਜਵਾਬ ਨਹੀਂ ਦਿੱਤਾ ਮੈਂ ਉੱਤਰ ਮੋੜ ਲਿਆ ਜੀ 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 ਪਰ ਉਹ ਚਲੋ ਸਹੀ ਪਰ ਇਹ ਗੱਲ ਤਾਂ ਬਹੁਤ ਹੀ ਇਹ ਇਹ ਜਿਹੜੀ ਗੱਲ ਹੈ ਇਹ ਤਾਂ ਇਸ ਤਾਂ ਤੇ ਇਹਦੇ ਬਾਰੇ ਜੋ ਕੁਝ ਤੁਸੀਂ ਕਹਿਣਾ ਚਾਹੁੰਦੇ ਹੋ ਜੋ ਤੁਸੀਂ ਕਲਿੱਪਿੰਗ ਦੇਖੀ ਹੈ ਦੇਖੋ ਉਹ ਜੋ ਕੁਝ ਦੇਖਿਆ ਹੈਗਾ ਉਹ ਤਾਂ ਬਿਲਕੁਲ ਹੀ ਮਤਲਬ ਇਹ ਤਾਂ ਅਕਾਲਤਖਤ ਸਾਹਿਬ ਨੂੰ ਅੱਜ ਹੀ ਚਾਹੀਦੇ ਉਹਨਾਂ ਨੂੰ ਸਿੱਖੀ ਤੋਂ ਬੇਦਖਲ ਕਰਦੇ ਜੀ ਅੱਜ ਹੀ ਚਾਹੀਦਾ ਹੈਗਾ ਇਹਨਾਂ ਨੇ ਜੇ ਇਸ ਤਰ੍ਹਾਂ ਦੇ ਸਾਡੇ ਲੀਡਰ ਹੋਣਗੇ ਸਾਡੇ ਬੱਚਿਆਂ ਨੂੰ ਕੱਲ੍ਹ ਨੂੰ ਕੀ ਸਮਝ ਆਏਗੀ ਵੀ ਇਹੀ ਸਿੱਖੀਜ਼ਮ ਹੈਗਾ ਲੋਕ ਦੁਨੀਆਂ ਤੇ ਕੀ ਅਸਰ ਪਾ ਰਿਹਾ ਹੈ ਠੀਕ ਸਹੀ ਗੱਲ ਇਹਨਾਂ ਦੇ ਨਾਲ ਨਾਤਾ ਤੋੜ ਦੇਣਾ ਚਾਹੀਦਾ ਹਰ ਗੁਰਸਿੱਖ ਨੂੰ ਜਿਹੜਾ ਵੀ ਗੁਰਸਿੱਖ ਹੈਗਾ ਗੁਰੂ ਸਿੱਖ ਹੈਗਾ ਗੁਰੂ ਘਰ ਨੂੰ ਮੰਨਦਾ ਬਿਲਕੁਲ ਦਰਸ਼ਨ ਸਿੰਘ ਦੇ ਨਾਲ ਰੋਟੀ ਬੋਟੀ ਦਾ ਰਿਸ਼ਤਾ ਤੋੜ ਦੇਣ ਆਪ ਜੀ ਸੁਝਾਅ ਦਾ ਧੰਨਵਾਦ ਹੈ ਜੀ ਇਹ ਮੈਸੇਜ ਉਹਨਾਂ ਪਾਸ ਪਹੁੰਚ ਜਾਏਗਾ ਬਾਕੀ ਅੱਗੋਂ ਉਹਨਾਂ ਦੀ ਡਿਊਟੀ ਬਣਦੀ ਹੈ ਉਹ ਕੀ ਕਰਨਾ ਚਾਹੁੰਦੇ ਇਹੋ ਜਿਹੇ ਪ੍ਰਚਾਰ ਬਾਰੇ ਹਾਂਜੀ ਬਹੁਤ ਬਹੁਤ ਧੰਨਵਾਦ